ਅੱਜ ਅਮਰੀਕਾ ਦੀ ਪ੍ਰਾਈਵੇਟ ਕੰਪਨੀ ਨੇ ਚੰਦ ਦੇ ਉੱਤੇ ਭੇਜਿਆ ਸਪੇਸ ਕ੍ਰਾਫਟ 23 ਫਰਵਰੀ ਨੂੰ ਸੌਫਟ ਲੈਂਡਿੰਗ ਕਰੇਗਾ ਤੇ 51 ਸਾਲ ਬਾਅਦ ਕੋਈ ਅਮਰੀਕੀ ਸਪੇਸ ਕ੍ਰਾਫਟ ਜਿਹੜਾ ਉੱਥੇ ਉਤਰੇਗਾ ਅਮਰੀਕੀ ਪ੍ਰਾਈਵੇਟ ਕੰਪਨੀ ਯੂਨਾਈਟਿਡ ਲੌਂਚ ਅਲਾਈਅੰਸ ਨੇ ਸੋਮਵਾਰ ਨੂੰ ਮੂਨ ਮਿਸ਼ਨ ਪੈਰੇਗ੍ਰੀਨ ਇੱਕ ਲੌਂਚ ਕੀਤਾ ਤੇ ਇਹਦੇ ਜਿਹੜਾ ਇਹਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 12:38 ਤੇ ਫਲੋਰੀਡਾ ਦੇ ਕੈਪ ਕੈਨਾਵੈਰਲ ਸਪੇਸ ਫੋਰਸ ਸਟੇਸ਼ਨ ਤੋਂ ਚੰਨ ਤੇ ਰਵਾਨਾ ਕੀਤਾ ਗਿਆ ਪੈਰੇਗ੍ਰੀਨ ਇੱਕ ਨੂੰ ਅਮਰੀਕਾ ਦਾ ਹੀ ਐਸਟਰੋਬੋਟਿਕ ਕੰਪਨੀ ਨੇ ਜਿਹੜਾ ਬਣਾਇਆ ਆ ਤੇ ਇਹਨੂੰ ਯੂਨਾਈਟਿਡ ਲੌਂਚ ਅਲਾਈਅንስ ਦੇ ਵਲਕਨ ਸੈਂਟਰ ਰਾਕਟ ਤੋਂ ਜਿਹੜਾ ਉਹ ਲੌਂਚ ਕੀਤਾ ਗਿਆ NASA ਦੇ ਮੁਤਾਬਕ ਪੈਰੇਗਰੀਨ ਇੱਕ ਚੰਦਰਮਾ ਦੇ ਮੱਧ ਅਕਸ਼ਾਂਸ਼ਕ ਖੇਤਰ ਮਿਡ ਲੈਟੀਟਿਊਡ ਰੀਜਨ ਦੇ ਉੱਪਰ 2 ਫਰਵਰੀ ਨੂੰ ਲੈਂਡ ਕਰੇਗਾ ਇਸ ਇਲਾਕੇ ਨੂੰ ਸਾਇੰਸ ਵਿਸਕੋਸਿਟੀਟਸ ਜਾਂ ਸਟਿਨ ਸਟਿਕਨੈਸ ਦੀ ਖੜੀ ਜਿਹੜਾ ਉਹ ਕਿਹਾ ਜਾਂਦਾ ਆ ਜੇਕਰ ਇਹਦਾ ਹੋਇਆ ਤੇ 51 ਸਾਲ ਦੇ ਵਿੱਚ ਪਹਿਲੀ ਵਾਰ ਕੋਈ ਅਮਰੀਕੀ ਅਪਕਰਾਫਟ ਚੰਦ ਦੀ ਜ਼ਮੀਨ ਤੇ ਉਤਰੇਗਾ ਇਸ ਤੋਂ ਪਹਿਲਾਂ 1975 ਦੇ ਵਿੱਚ ਅਮਰੀਕੀ ਸਪੇਸ ਏਜੰਸੀ ਨਾਸਾ ਦੇ ਅਪੋਲੋ 17 ਨੇ ਸੌਫਟ ਲੈਂਡਿੰਗ ਕੀਤੀ ਸੀਗੀ ਤੇ ਇਸ ਤੋਂ ਬਾਅਦ ਅਮਰੀਕਾ ਨੇ ਸਾਲ 2022 ਦੇ ਵਿੱਚ ਆਰਟਿਮਿਸ ਮਿਸ਼ਨ ਨੂੰ ਚੰਦ ਦੇ ਉੱਪਰ ਵਾਰਨਾ ਕੀਤਾ ਸੀ ਲੇਕਿਨ ਉਹ ਸਪੇਸ ਕ੍ਰਾਫਟ ਚੰਦ ਦੇ ਉੱਪਰ ਨਹੀਂ ਉਤਰਿਆ ਤੇ ਆਰਟਿਮਿਸ ਇੱਕ ਜਿਹੜਾ ਉਹ ਚੰਦ ਦਾ ਚੱਕਰ ਉਹਨੇ ਲਗਾਇਆ ਸੀ ਸੋ ਪਾਣੀ ਤਲਾਸ਼ੇਗਾ ਰੇਡੀਏਸ਼ਨ ਦਾ ਅਸਰ ਜਿਹੜੀ ਉਹ ਜਾਂਚ ਕਰੇਗਾ ਤਾਂ ਗਾਰਡੀਅਨ ਦੇ ਮੁਤਾਬਿਕ ਪੈਰਾਗ੍ਰੀਨ ਪ੍ਰੇਗ੍ਰੀਨ 1 ਦੇ ਉੱਪਰ 15 ਪੇਲੋਡ ਲੱਗਿਆ ਇਹਨਾਂ 'ਚ 5 ਨਾਸਾ ਦੇ ਤੇ ਇਹਨਾਂ 'ਚ ਚੰਦਰਮਾ ਦੇ ਉੱਪਰ ਪਾਣੀ ਦੇ ਮੋਲੀਕਿਊਲਸ ਦਾ ਪਤਾ ਲਗਾਇਆ ਜਾਏਗਾ ਇਹਦੇ ਨਾਲ ਹੀ ਲੈਂਡਰ ਦੇ ਚਾਰੇ ਤਰਫ ਰੇਡੀਏਸ਼ਨ ਤੇ ਗੈਸਾਂ ਨੂੰ ਮਾਪਣ ਦਾ ਕੰਮ ਵੀ ਕੀਤਾ ਜਾਏਗਾ ਇਸ ਤੋਂ ਪੰਜ ਤੱਕ ਚੱਲੇਗਾ ਕਿ ਸੋਲਰ ਰੇਡੀਏਸ਼ਨ ਦਾ ਚੰਦ ਦੀ ਸਤ੍ਹਾ ਤੇ ਕੀ ਅਸਰ ਹੁੰਦਾ ਹੈ ਇਮਿਸ਼ਨ ਨਾਸਾ ਦੀ ਕਮਰਸ਼ੀਅਲ ਲੂਨਰ ਪੇਲੋਡ ਸਰਵਿਸਿਜ਼ ਸੀ ਐਲ ਪੀ ਐਸ ਦਾ ਪਹਿਲ ਦਾ ਜਿਹੜਾ ਉਹ ਹਿੱਸਾ ਆ ਇਹਦਾ ਮਕਸਦ ਚੰਦਰਮਾ ਤੇ ਰਿਹੜੇ ਰਹੱਸੇ ਖੋਜਣਾ ਹੈ ਪਿਗ੍ਰੀਨ ਨੇ ਇੱਕ ਨੇ ਮਨੁੱਖ ਦੇ ਅਵਸ਼ੇਸ਼ ਭੇਜੇ ਗਏ ਸੋ ਨਿਓ ਸਜੈਂਸੀ ਐਫ ਪੀ ਦੇ ਮਤਬਕ ਪੈਰਾਗ੍ਰੇਨ ਇੱਕ ਸਾਇੰਟਿਫਿਕ ਕਵੈਸਲ ਆ ਇਹਦੇ ਚ ਜੂਤੇ ਦੇ ਡੱਬੇ ਦੇ ਆਕਾਰ ਦਾ ਰੋਵਰ ਇੱਕ ਫਿਜ਼ੀਕਲ ਪਿੱਟ ਕੁਆਇਨ ਭੇਜਿਆ ਗਿਆ ਹੈ ਇਸ ਤੋਂ ਇਲਾਵਾ ਜੀਨ ਰੋਡ ਡੈਨਵਰੀ ਆਰਥਰ ਸੀ ਕਲਾਰਕ ਜੈਸੀ ਹਸਤੀਆਂ ਦੇ ਅਵਸ਼ੇਸ਼ ਤੇ ਡੀਐਨਏ ਰੱਖੇ ਗਏ ਆ ਤਾਂ ਗਾਰਡੀਅਨ ਦੇ ਮਤਬਕ ਇਹਦੇ ਚ ਜਾਪਾਨ ਲੂਨਰ ਡ੍ਰੀਮ ਕੈਪਸੂਲ ਵੀ ਰੱਖਿਆ ਗਿਆ ਹੈ ਤੇ ਇਸ ਕੈਪਸੂਲ ਦੇ ਵਿੱਚ ਦੁਨੀਆ ਭਰ ਤੇ ਬੱਚਿਆਂ ਦੇ 1 ਲੱਖ 85 ਹਜ਼ਾਰ ਤੋਂ ਜ਼ਿਆਦਾ ਜਿਹੜੇ ਉਹ ਮੈਸੇਜ ਆ ਸੋ ਦੇਖੋ ਜੀ ਨਾਸਾ ਵੀ ਆਰਟੇਮਿਸ 2 ਮਿਸ਼ਨ ਲਾਂਚ ਕਰਨ ਦੀ ਤਿਆਰੀ ਦੇ ਵਿੱਚ ਤੇ 2024 ਦੇ ਵਿੱਚ NASA ਆਰਟੇਮਿਸ 2 ਮਿਸ਼ਨ ਨੂੰ ਲਾਂਚ ਕਰਨ ਵਾਲਾ ਹੈ ਆਰਟੇਮਿਸ 2 ਮਿਸ਼ਨ ਦੇ ਤਹਿਤ ਅੰਤਰਿਕ ਸ਼ਾਤਰੀਆਂ ਨੂੰ ਚੰ데요 ਉੱਪਰ ਭੇਜਿਆ ਜਾਇਆ ਜਾਏਗਾ ਹਾਲਾਂਕਿ ਉਹ ਵੀ ਚੰ데요 ਉੱਪਰ ਲੈਂਡ ਕਰਨ ਦੀ ਬਜਾਏ ਉਹ ਚੱਕਰ ਲਗਾ ਕੇ ਜਿਹੜਾ ਉਹ ਵਾਪਸ ਆਣਗੇ ਸੋ ਦੇਖੋ ਜੀ ਕੀ ਹੁੰਦਾ ਆਉਣ ਵਾਲੇ ਸਮੇਂ ਵਿੱਚ ਚੈੱਕ ਕਰਦੇ ਰਹੋ ਖਬਰਾਂ ਸਪੇਸ ਨਾਲ ਜੁੜੀਆਂ ਹੋਈਆਂ